ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਤੁਸੀਂ ਮੈਨੂੰ ਜਾਣਦੇ ਹੋ ਮੈਂ ਕਈ ਕਲੱਬਾਂ ਦਾ ਪ੍ਰਧਾਨ ਵੀ ਰਿਹਾ ਹਾਂ ਹੁਣ ਵੀ ਪ੍ਰੈਜ਼ੈਂਟ ਵੀ ਹਾਂ ਸੈਣੀ ਵੈਲਫੇਅਰ ਬੋਰਡ ਡਾਇਰੈਕਟਰ ਪੰਜਾਬ ਦਾ ਡਾਇਰੈਕਟਰ ਵੀ ਰਿਹਾ ਹਾਂ ਸੋ ਮੈਂ ਦੇਖ ਰਿਹਾ ਹਾਂ ਵੀ ਖਰੜ ਮੁਹਾਲੀ ਸ਼ਹਿਰ ਜਿਹੜਾ ਸਾਡਾ ਹੈਗਾ ਖਰੜ ਉਹਦੇ ਵਿੱਚ ਬਹੁਤ ਘਾਟਾਂ ਨੇ ਮੁਹਾਲੀ ਹਰ ਚੰਡੀਗੜ੍ਹ ਦੇ ਕੰਪੈਰੀਟਿਵਲੀ ਉਹਦੇ ਵਿੱਚ ਬਹੁਤ ਕਮੀਆਂ ਨੇ ਅਸੀਂ ਚੰਡੀਗੜ੍ਹ ਵੀ ਜਾਣਦੇ ਹਾਂ ਮੁਹਾਲੀ ਵੀ ਜਾਣਦੇ ਹਾਂ ਤੁਸੀਂ ਦੇਖ ਰਹੇ ਹੋ ਮੈਂ ਇੱਕ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੇਰੇ ਵਿੱਚ ਸੇਵਾ ਕਰਨ ਦੀ ਭਾਵਨਾ ਰਹੀ ਹੈ ਮੈਂ ਕਈ ਕਲੱਬਾਂ ਨਾਲ ਜੁੜਿਆ ਹੋਇਆ ਹਾਂ ਚਾਹੇ ਸਾਈਕਲਿੰਗ ਕਲੱਬ ਹੈ ਚਾਹੇ ਕਾਈਡ ਫੈਸਟੀਵਲ ਕਲੱਬ ਹੈ ਬਹੁਤ ਹੈ ਤੁਸੀਂ ਦੇਖਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਸੇਵਾ ਕਰਦਾ ਆ ਰਿਹਾ ਹਾਂ ਕਦੇ ਕਾਈਡ ਫੈਸਟੀਵਲ ਕਰਾਈਦਾ ਹੈ ਕਦੇ ਬੂਟੇ ਲਾਈਦੇ ਹਨ ਤੇ ਮੇਰਾ ਖਿਆਲ ਆ ਵੀ ਮੈਂ 10000 ਤੋਂ ਵੱਧ ਜਿਹੜੇ ਆ ਟਰੀ ਪਲਾਂਟ ਕਰ ਚੁੱਕਿਆ ਹਾਂ ਸ਼ਹਿਰ ਦੇ ਵਿੱਚ ਰੰਧਾਵਾ ਰੌਣ ਸਾਡੀ ਖਰੜ ਦੀ ਹੈਗੀ ਆ ਤੁਸੀਂ ਉੱਤੇ ਦੇਖੋਗੇ ਸਿਰੇ ਤੱਕ ਗੜਾਂਗਾ ਤੱਕ 2500 ਪੌਦੇ ਲਾਏ ਗਏ ਆ ਰਾਮ ਬਾਗ ਖਰੜ ਹੈਗਾ ਸਾਡਾ ਉੱਥੇ ਤੁਸੀਂ ਦੇਖੋਗੇ ਟਰੀ ਗਾਰਡ ਵੀ ਲਗਾਏ ਗਏ ਆ ਪੌਦੇ ਵੀ ਲਗਾਏ ਗਏ ਆ ਸ਼ਹਿਰ ਦਾ ਕੋਈ ਐਸਾ ਖੁੰਜਾ ਨਹੀਂ ਜਿੱਥੇ ਅਸੀਂ ਪੌਦੇ ਨਹੀਂ ਲਗਾ ਰਹੇ ਤੇ ਮੇਰੀ ਇੱਕ ਉਮੀਦ ਆ ਵੀ ਜੇ ਤੁਸੀਂ ਮੈਨੂੰ ਪੂਰ ਜੋਰ ਹਮੈਤ ਕਰੋ ਤਾਂ ਮੈਂ ਚਾਹਨਾ ਵੀ ਜਿੰਨੇ ਵੀ ਫਾਲਤੂ ਪਸ਼ੂ ਜਾਨਵਰ ਸ਼ਹਿਰ ਦੇ ਵਿੱਚ ਫਿਰਦੇ ਆ ਉਹਨਾਂ ਨੂੰ ਪਕੜ ਕੇ ਇੱਕ ਐਨੀਮਲ ਸੈਂਚਰੀ ਬਣਾਈ ਜਾਵੇ ਸਾਡੇ ਰੰਧਾਵਾ ਰੋਡ ਤੇ ਅੱਗੇ ਜਾ ਕੇ ਲਾਸ਼ ਦੇ ਵਿੱਚ ਮਿਊਨਿਸਪਲ ਕਮੇਟੀ ਦੀ ਥਾਂ ਪਈ ਹੈ ਨਦੀ 'ਚ ਮੈਂ ਕੋਸ਼ਿਸ਼ ਕਰੂੰਗਾ ਉੱਥੇ ਇੱਕ ਵੱਡੀ ਐਨੀਮਲ ਸੈਂਚਰੀ ਬਣਾਈ ਜਾਵੇ ਨਾਲ ਹੀ ਸਟੇਡੀਅਮ ਹੋਵੇ ਜਿੱਥੇ ਇੰਡੋਰ ਸਕੇਟਿੰਗ ਸਟੇਡੀਅਮ ਹੋਵੇ ਜਿਮ ਹੋਵੇ, ਸਵੀਮੀ ਪੂਲ ਹੋਵੇ ਤੇ ਐਦਾਂ ਦੇ ਜਿਹੜੇ ਆ ਸਕੇਟਿੰਗ ਦਾ ਹੋਵੇ ਸਾਰੇ ਜਿਹੜੇ ਚੀਜ਼ਾਂ ਇੱਕ ਜਗ੍ਹਾ ਉਪਲਬਧ ਹੋ ਸਕਣ। ਹੁਣ ਸਾਡੇ ਬੱਚਿਆਂ ਨੂੰ ਮੁਹਾਲੀ ਚੰਡੀਗੜ੍ਹ ਜਾਣਾ ਪੈਂਦਾ ਹੈ। ਸਵੀਮੀਂਗ ਲਈ ਮੁਹਾਲੀ 6 ਫੇਸ ਜਾਣਾ ਪੈਂਦਾ। ਇੱਕ ਬੰਦਾ ਤਾਂ ਨੂੰ ਲਿਆਂ ਤੇ ਲਜਾਣ ਦੀ ਰਹਿੰਦਾ। ਸੋ ਮੇਰੀ ਬੇਨਤੀ ਹੈ ਕਿ ਤੁਸੀਂ ਸ਼ਹਿਰ ਦੇ ਵਿੱਚ ਸੋਚ ਕੇ ਸਮਝਦਾਰ ਕਿਸੇ ਜਿਹੜੇ ਉਮੀਦਵਾਰ ਤੁਹਾਡੇ ਪਰਖੋ, ਪੜ੍ਹੇ ਲਿਖੇ, ਸੂਝਵਾਨ, ਮਿਹਨਤੀ ਲੋਕਾਂ ਨੂੰ ਹੀ ਅੱਗੇ ਲਿਆਓ ਤਾਂ ਕਿ ਉਹ ਬੜੀਆ ਸੋਚ ਕੇ, ਸੋਚ ਦੇ ਨਾਲ ਸ਼ਹਿਰ ਦੀ ਡਿਵੈਲਪਮੈਂਟ ਕਰ ਸਕੇ। ਜਿਹੜੀਆਂ ਗਲੀਆਂ ਨਾਲੀਆਂ ਟਿਊਬਲੈਟਾਂ ਇਹ ਛੋਟੇ-ਛੋਟੇ ਕੰਮ ਨੇ ਇਹ ਤਾਂ ਮਿਊਂਸਿਪੈਲਿਟੀ ਅੱਜ ਵੀ ਕਰ ਰਹੀ ਹੈ ਜਦਕਿ 1 ਸਾਲ ਤੋਂ ਕੋਈ ਐਮਸੀ ਨਹੀਂ ਹੈ ਪ੍ਰਸ਼ਾਸਨ ਦੇ ਕੰਮ ਨੇ ਪ੍ਰਸ਼ਾਸਨ ਕਰ ਰਿਹਾ ਹੈ ਅੱਜ ਸ਼ਹਿਰ ਨੂੰ ਲੋੜ ਹੈ ਮੁਕਾਬਲੇ ਦੀ ਚੰਡੀਗੜ੍ਹ ਦੇ ਮੁਕਾਬਲੇ ਦਾ ਬਣਨ ਦੀ ਉਹਦੇ ਲਈ ਸਾਨੂੰ ਅੱچھے ਕੈਂਡੀਡੇਟ ਅੱਗੇ ਲੈਣੇ ਪੈਣਗੇ ਲੜਕੀਆਂ ਦੀ ਸੁਰੱਖਿਆ ਲਈ ਹੁਣ ਖਾਲੀ ਪਲਾਟ ਪਏ ਨੇ ਉਹਨਾਂ 'ਚ ਕਿੰਨਾ ਕਚਰਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਸਫਾਈ ਕਰੇ ਜਾਂ ਤਾਂ ਆਪ ਸਫਾਈ ਕਰੇ ਜਾਂ ਕੋਈ ਏਦਾਂ ਦਾ ਪਲੇਟਫਾਰਮ ਤਿਆਰ ਕਰੇ ਮੁਹਾਲੀ ਦੀ ਤਰ੍ਹਾਂ ਕੀ ਉਹਨਾਂ ਲੋਕਾਂ ਤੋਂ ਫੀਸ ਲੈ ਕੇ ਪਲਾਟਾਂ ਦੀ ਸਫਾਈ ਕਰੇ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਪਲੱਸ 2 ਤੱਕ ਫ੍ਰੀ ਕਰੇ ਮਤਲਬ ਕਾਫੀ ਕੰਮ ਜਿਹੜੇ ਆ ਕਰਨ ਵਾਲੇ ਆ ਹੁਣ ਵਾਟਰ ਸਪਲਾਈ ਦੀ ਗੱਲ ਕਰੋ ਦੇਸ਼ ਸਾਡਾ ਸ਼ਹਿਰ ਜਿਹੜਾ ਖਰੜਾ ਹੈ ਕਿੱਡਾ ਵੱਧ ਗਿਆ ਹੈ ਅੱਜ ਆਬਾਦੀ ਉਹਦੀ 3 ਲੱਖ ਦੇ ਕਰੀਬ ਚਲੇਗੀ ਕਿੰਨੇ ਕਾਲਜਸ ਖੁੱਲ ਗਏ ਆ 30 35 35000 ਬੱਚਾ ਇੱਕ ਇੱਕ ਸਕੂਲ ਚ ਹੈ ਅੱਜ ਸਾਨੂੰ ਪਾਣੀ ਦੀ ਬਹੁਤ ਲੋੜ ਹੈ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਡੇ ਕੈਂਡੀਡੇਟ ਨੂੰ ਜਿਤਾ ਕੇ ਤਖੜੀ ਦੇ ਚੋਣ ਸ਼ਾਂ ਤੇ ਮੋਹਰਾਂ ਲਾਓ ਤਾਂ ਕਿ ਕਜੋਲੀ ਵਾਟਰ ਵਰਕਸ ਨੂੰ ਅਸੀਂ ਲਿਆ ਸਕੀਏ ਅਸੀਂ ਵੀ ਸਾਰੇ ਸ਼ਹਿਰਾਂ 'ਚ ਘੁੰਮੇ ਆ ਚੰਡੀਗੜ੍ਹ ਕੋ ਮੈਂ ਆ ਬਾਹਰੀ ਕੰਟਰੀ ਜ ਅਮਰੀਕਾ ਕੈਨੇਡਾ ਦੁਬਈ ਇੰਗਲੈਂਡ ਮੈਂ ਘੁੰਮਿਆ ਉੱਥੇ ਦੇਖਿਆ ਕੋਈ ਸਮੱਸਿਆ ਨਹੀਂ ਹੈ ਕੋਈ ਪਾਣੀ ਦੀ ਸਮੱਸਿਆ ਨਹੀਂ ਹੈ ਸੀਵਰੇਜ ਦੀ ਸਮੱਸਿਆ ਨਹੀਂ ਹੈ ਉਹ ਬੈਲ ਪਲਾਨ ਨੇ ਮੇਰੀ ਕੋਸ਼ਿਸ਼ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਮਿਊਂਸਿਪੈਟੀ ਨਾਲ ਰਲ ਕੇ ਇੱਕ ਟੀਮ ਬਣਾਈ ਜਾਊਗੀ ਇੰਜੀਨੀਅਰ ਦੀ ਸਭ ਤੋਂ ਪਹਿਲਾਂ ਜਿਹੜਾ ਸ਼ਹਿਰ ਦਾ ਜਿਹੜਾ ਰੇਨ ਵਾਟਰ ਹੈ ਬਾਰਿਸ਼ਾਂ ਦਾ ਪਾਣੀ ਹੈ ਉਹਨਾਂ ਨੂੰ ਪਲਾਨ ਕਰਕੇ ਉਹਨੂੰ ਕੱਢਿਆ ਜਾਊਗਾ ਤਾਂ ਕਿ ਲੋਕਾਂ ਦੇ ਜਿਹੜੇ ਘਰਾਂ 'ਚ ਵੱੜ ਕੇ ਲੋਕਾਂ ਦਾ ਫਰਨੀਚਰ ਗੱਦੇ ਕਾਰਪਟ ਖਰਾਬ ਹੁੰਦੇ ਆ ਉਹ ਨਾ ਹੋ ਸਕਣ ਪੁਰਜੋਰ ਬੇਨਤੀ ਹੈ ਕਿ ਆਓ ਆਪਾਂ ਸਾਥ ਦਈ ਤੇ ਸ਼ਹਿਰ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾइए ਬਾਈਓਰ ਜੀ ਦਾ ਖਾਲਸਾ ਵਹਿਜ ਗਿਫਤ